ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਟੌਪਿਕ ਕਰਾਂਗੇ ਟਵਿੱਟਰ। ਜੇਕਰ ਟਵਿੱਟਰ ਦੀ ਸਥਾਪਨਾ ਦੀ ਗੱਲ ਕਰੀਏ ਤਾਂ ਇਸਦੀ ਸਥਾਪਨਾ 2006 ਦੇ ਵਿੱਚ ਜੈਕ ਡੋਰਸੀ ਦੁਆਰਾ ਕੀਤੀ ਗਈ ਸੀ। ਟਵਿੱਟਰ ਇੱਕ ਸੋਸ਼ਲ ਨੈਟਵਰਕਿੰਗ ਵੈਬਸਾਈਟ ਹੈ, ਇਹ ਇੱਕ ਮਾਈਕਰੋ ਬਲੌਗਿੰਗ ਵੀ ਹੈ ਜਿਸ ਦੇ ਜ਼ਰੀਏ ਲੋਕ ਆਪਣੇ ਵਿਚਾਰਾਂ ਨੂੰ ਦੂਜਿਆਂ ਤੱਕ ਪਹੁੰਚਾਉਂਦੇ ਨੇ। ਪਹਿਲਾਂ ਟਵਿੱਟਰ ਦੇ ਉੱਤੇ ਸਿਰਫ 140 ਸ਼ਬਦ ਹੀ ਲਿਖੇ ਜਾ ਸਕਦੇ ਸਨ, ਪਰ ਮੌਜੂਦਾ ਸਮੇਂ ਟਵਿੱਟਰ ਦੇ ਉੱਤੇ 280 ਸ਼ਬਦਾਂ ਨੂੰ ਲਿਖਿਆ ਜਾ ਸਕਦਾ ਹੈ। ਟਵਿੱਟਰ ਦੇ ਉੱਤੇ ਜਦੋਂ ਅਸੀਂ ਕੋਈ ਜਾਣਕਾਰੀ ਨੂੰ ਅਪਲੋਡ ਕਰਦੇ ਹਾਂ ਤਾਂ ਉਸਨੂੰ ਟਵੀਟ ਕਿਹਾ ਜਾਂਦਾ ਹੈ। ਅੱਗੋਂ ਹੁਣ ਆਪਾਂ ਗੱਲ ਕਰਾਂਗੇ ਟਵਿੱਟਰ ਦੇ ਫਾਇਦਿਆਂ ਅਤੇ ਨੁਕਸਾਨ ਦੀ। ਜੇਕਰ ਟਵਿੱਟਰ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਸਦਾ ਪਹਿਲਾ ਫਾਇਦਾ ਹੈ ਟਵਿੱਟਰ ਇਜ਼ ਫ੍ਰੀ, ਯਾਨੀ ਕਿ ਟਵਿੱਟਰ ਦੇ ਉੱਤੇ ਜਿਹੜਾ ਹੈ ਅਸੀਂ ਫ੍ਰੀ ਦੇ ਵਿੱਚ ਅਕਾਊਂਟ ਕ੍ਰੀਏਟ ਕਰ ਸਕਦੇ ਹਾਂ। ਇਸ ਦੇ ਲਈ ਸਾਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ, ਅਸੀਂ ਆਸਾਨੀ ਦੇ ਨਾਲ ਜਿਹੜਾ ਹੈ ਟਵਿੱਟਰ ਦੇ ਉੱਤੇ ਆਪਣਾ ਅਕਾਊਂਟ ਫ੍ਰੀ ਦੇ ਵਿੱਚ ਕ੍ਰੀਏਟ ਕਰ ਸਕਦੇ ਹਾਂ। ਬੇਸ਼ੱਕ ਅੱਜ ਬਹੁਤ ਸਾਰੀਆਂ ਚੀਜ਼ਾਂ ਟਵਿੱਟਰ ਦੇ ਉੱਤੇ ਪੇਡ ਨੇ, ਪਰ ਇਹ ਇੱਕ ਸਹੂਲਤ ਜਿਹੜਾ ਹੈ ਟਵਿੱਟਰ ਆਪਣੇ ਯੂਜ਼ਰ ਨੂੰ ਦਿੰਦਾ ਕਿ ਮਰਜ਼ੀ ਹੈ ਯੂਜ਼ਰ ਦੀ, ਉਸਨੇ ਉਹਨਾਂ ਨੂੰ ਲੈਣਾ ਹੈ ਕਿ ਨਹੀਂ। ਸੋ ਇਸ ਦੇ ਲਈ ਜੇਕਰ ਆਪਾਂ ਗੱਲ ਕਰੀਏ ਤਾਂ ਟਵਿੱਟਰ ਲੋਕਾਂ ਦੇ ਲਈ ਇੱਕ ਤਰ੍ਹਾਂ ਦੇ ਨਾਲ ਫ੍ਰੀ ਹੀ ਹੈ। ਅਗਲਾ ਪੁਆਇੰਟ ਹੈ ਟਵਿੱਟਰ ਇਜ਼ ਈਜ਼ੀ ਟੂ ਜੁਆਇਨ ਐਂਡ ਯੂਜ਼। ਟਵਿੱਟਰ ਨੂੰ ਜਿਹੜਾ ਜੁਆਇਨ ਕਰਨਾ ਬਹੁਤ ਸੁਖਾਲਾ, ਇਸ ਦੇ ਉੱਤੇ ਜਿਹੜਾ ਹੈ ਇੱਕ ਅਕਾਊਂਟ ਕ੍ਰੀਏਟ ਕਰਨਾ ਪੈਂਦਾ। ਉਸ ਅਕਾਊਂਟ ਨੂੰ ਜਿਹੜਾ ਹੈ ਅਸੀਂ ਕ੍ਰੀਏਟ ਕਰਨ ਤੋਂ ਬਾਅਦ ਜਿਹੜਾ ਹੈ ਅਸੀਂ ਟਵਿੱਟਰ ਦੀ ਵਰਤੋਂ ਕਰ ਸਕਦੇ ਹਾਂ। ਟਵਿੱਟਰ ਨੂੰ ਚਲਾਉਣਾ ਕੋਈ ਮੁਸ਼ਕਲ ਨਹੀਂ ਹੈ, ਇਸ ਨੂੰ ਬਹੁਤ ਹੀ ਆਸਾਨੀ ਦੇ ਨਾਲ ਜਿਹੜਾ ਹੈ ਕੋਈ ਵੀ ਵਿਅਕਤੀ ਜਿਹੜਾ ਹੈ ਚਲਾ ਸਕਦਾ ਹੈ, ਅਤੇ ਉਹ ਇਸ ਦੇ ਉੱਤੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟਵੀਟ ਜਿਹੜਾ ਹੈ ਕਰ ਸਕਦਾ ਹੈ। ਅਗਲਾ ਪੁਆਇੰਟ ਹੈ ਟਵਿੱਟਰ ਇਜ਼ ਮੈਸਿਵ, ਯਾਨੀ ਕਿ ਟਵਿੱਟਰ ਜਿਹੜਾ ਹੈ ਇਹਦਾ ਘੇਰਾ ਬਹੁਤ ਵਿਸ਼ਾਲ ਹੈ। ਇੱਥੇ ਬਿਲੀਅਨਸ ਦੇ ਵਿੱਚ ਲੋਕਾਂ ਦੇ ਅਕਾਊਂਟ ਕ੍ਰੀਏਟ ਨੇ ਅਤੇ ਮਿਲੀਅਨਸ ਦੇ ਵਿੱਚ ਲੋਕ ਜਿਹੜਾ ਹੈ ਟਵੀਟ ਕਰਦੇ ਆ। ਸੋ ਜੇਕਰ ਟਵਿੱਟਰ ਦੀ ਗੱਲ ਕਰੀਏ ਤਾਂ ਇਸਦਾ ਘੇਰਾ ਬਹੁਤ ਵਿਸ਼ਾਲ ਹੈ। ਟਵਿੱਟਰ ਦੇ ਉੱਤੇ ਜਿਹੜਾ ਹੈ ਵੱਖੋ ਵੱਖਰੇ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਸ਼ਾਮਲ ਹੈਗੇ ਆ। ਇੱਥੇ ਸੈਲੀਬ੍ਰਿਟੀਜ਼ ਵੀ ਹੈਗੇ ਆ, ਬਿਜ਼ਨਸਮੈਨ ਵੀ ਹੈਗੇ ਆ, ਆਮ ਲੋਕ ਵੀ ਹੈਗੇ ਆ। ਸੋ ਟਵਿੱਟਰ ਦਾ ਘੇਰਾ ਜਿਹੜਾ ਹੈ ਬਹੁਤ ਜ਼ਿਆਦਾ ਵਿਸ਼ਾਲ ਹੈ। ਅੱਗੇ ਹੈ ਟਵਿੱਟਰ ਫੋਰ ਬਿਜ਼ਨਸ। ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਆ ਬਹੁਤ ਸਾਰੇ ਲੋਕ ਜਿਹੜੇ ਆ ਟਵਿੱਟਰ ਨੂੰ ਬਿਜ਼ਨਸ ਦੇ ਲਈ ਵਰਤਦੇ ਹੈਗੇ ਆ। ਇਹਦੇ ਉੱਤੇ ਜਿਹੜਾ ਉਹ ਆਪਣੀ ਟਾਰਗੇਟ ਆਡੀਅੰਸ ਤੱਕ ਜਿਹੜੀ ਹੈ ਪਹੁੰਚ ਕਰ ਸਕਦੇ ਹੈਗੇ, ਉਹਨਾਂ ਦੀ ਜੋ ਟਾਰਗੇਟ ਮਾਰਕੀਟ ਹੈ ਉਹਦੇ ਤੱਕ ਉਹ ਜਿਹੜਾ ਟਵਿੱਟਰ ਦੇ ਜ਼ਰੀਏ ਜਿਹੜੀ ਹੈ ਪਹੁੰਚ ਕਰ ਲੈਂਦੇ ਆ। ਸੋ ਟਵਿੱਟਰ ਨੂੰ ਜਿਹੜਾ ਹੈ ਇੱਕ ਬਿਜ਼ਨਸ ਦੇ ਤੌਰ 'ਤੇ ਵੀ ਬਹੁਤ ਸਾਰੇ ਲੋਕ ਜਿਹੜੇ ਵਰਤ ਰਹੇ, ਉਹ ਆਪਣੇ ਪ੍ਰੋਡਕਟਸ ਨੂੰ ਜਿਹੜਾ ਹੈਗਾ ਆ ਪ੍ਰਮੋਟ ਕਰਦੇ ਹੈਗੇ ਆ। ਬਹੁਤ ਸਾਰੇ ਜਿਹੜੇ ਐਕਟਰਸ ਹੈਗੇ ਆ ਜਾਂ ਸੈਲੀਬ੍ਰਿਟੀਜ਼ ਹੈਗੇ ਆ ਉਹ ਇਹਦੇ ਉੱਤੇ ਜਿਹੜਾ ਹੈ ਆਪਣੀਆਂ ਫਿਲਮਾਂ ਨੂੰ ਜਿਹੜਾ ਹੈ ਪ੍ਰਮੋਟ ਕਰਦੇ ਆ। ਸੋ ਟਵਿੱਟਰ ਇੱਕ ਬਿਜ਼ਨਸ ਦਾ ਜ਼ਰੀਆ ਵੀ ਬਣ ਚੁੱਕਿਆ ਅੱਜ ਦੇ ਸਮੇਂ ਦੇ ਵਿੱਚ। ਜੇਕਰ ਅਗਲੇ ਪੁਆਇੰਟ ਦੀ ਗੱਲ ਕਰੀਏ ਤਾਂ ਟਵਿੱਟਰ ਸਿਕਿਉਰਿਟੀ, ਟਵਿੱਟਰ ਜਿਹੜਾ ਹੈਗਾ ਆ ਬਹੁਤ ਜ਼ਿਆਦਾ ਲੋਕਾਂ ਨੂੰ ਸਿਕਿਉਰਿਟੀ ਪ੍ਰਦਾਨ ਕਰਦਾ ਹੈ। ਜਿਹਦਾ ਵਿਅਕਤੀ ਦਾ ਟਵਿੱਟਰ ਦੇ ਉੱਤੇ ਅਕਾਊਂਟ ਹੈਗਾ ਆ ਉਸਦੀ ਜਿਹੜਾ ਹੈ ਕਾਫੀ ਜ਼ਿਆਦਾ ਸਿਕਿਉਰਿਟੀ ਹੁੰਦੀ ਹੈ। ਵਿਅਕਤੀ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਉਹ ਜਿਹੜੀ ਹੈ ਲੀਕ ਨਹੀਂ ਹੁੰਦੀ ਹੈਗੀ, ਸੋ ਉਹਦੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਸਿਕਿਉਰ ਹੁੰਦੀ ਹੈ। ਸੋ ਟਵਿੱਟਰ ਲੋਕਾਂ ਨੂੰ ਸਿਕਿਉਰਿਟੀ ਵੀ ਜਿਹੜਾ ਹੈ ਉਹਨਾਂ ਦੇ ਅਕਾਊਂਟ ਦੇ ਪ੍ਰਤੀ ਕਾਫੀ ਜ਼ਿਆਦਾ ਦਿੰਦਾ ਆ। ਅੱਗੇ ਹੁਣ ਅਸੀਂ ਗੱਲ ਕਰਾਂਗੇ ਇਸ ਦੀਆਂ ਡਿਸਐਡਵਾਂਟੇਜਸ, ਯਾਨੀ ਕਿ ਇਹਦੇ ਨੁਕਸਾਨ ਦੀ। ਜੇਕਰ ਇਹਦੇ ਨੁਕਸਾਨਾਂ ਦੀ ਗੱਲ ਕਰੀਏ ਤਾਂ ਇਹਦੇ ਉੱਤੇ ਇਨਐਕਟਿਵ ਜਿਹੜਾ ਹੈਗਾ ਆ, ਬਹੁਤ ਸਾਰੇ ਲੋਕ ਜਿਹੜੇ ਆ ਉਹ ਇਨਐਕਟਿਵ ਉਹਨਾਂ ਦੇ ਅਕਾਊਂਟ ਹੈ, ਉਹ ਅਕਾਊਂਟ ਕ੍ਰੀਏਟ ਕਰ ਲੈਂਦੇ ਪਰ ਉਹ ਟਵਿੱਟਰ ਦੀ ਵਰਤੋਂ ਨਹੀਂ ਕਰਦੇ। ਸੋ ਜਿਹੜਾ ਹੈ ਬਹੁਤ ਜ਼ਿਆਦਾ ਇੱਥੇ ਇਨਐਕਟਿਵ ਅਕਾਊਂਟਸ ਵੀ ਮੌਜੂਦ ਹੈਗੇ ਆ ਅਤੇ ਫੇਕ ਅਕਾਊਂਟਸ ਵੀ ਜਿਹੜੇ ਹੈ ਟਵਿੱਟਰ ਦੇ ਉੱਤੇ ਕਾਫੀ ਜ਼ਿਆਦਾ ਮੌਜੂਦ ਨੇ। ਬਹੁਤ ਸਾਰੇ ਲੋਕਾਂ ਦੇ ਜਿਹੜੇ ਫੇਕ ਅਕਾਊਂਟ ਵੀ ਜਿਹੜੇ ਬਣਾਏ ਆ ਉਹ ਜਿਹੜਾ ਹੈ ਟਵੀਟ ਕਰਦੇ ਰਹਿੰਦੇ ਆ। ਸੋ ਜੇਕਰ ਇਹਦੀ ਸਭ ਤੋਂ ਵੱਡੀ ਜਿਹੜੀ ਹੈ ਇਹਦਾ ਨੁਕਸਾਨ ਦੀ ਗੱਲ ਕਰੀਏ ਤਾਂ ਇਨਐਕਟਿਵ ਐਂਡ ਫੇਕ ਟਵਿੱਟਰ ਅਕਾਊਂਟ ਨੇ ਜੋ ਕਾਫੀ ਜ਼ਿਆਦਾ ਮਾਤਰਾ ਦੇ ਉੱਤੇ ਟਵਿੱਟਰ ਦੇ ਉੱਤੇ ਮੌਜੂਦ ਨੇ। ਅਗਲਾ ਆ ਗਿਆ ਸਪੈਮ ਪ੍ਰੋਬਲਮ, ਯਾਨੀ ਕਿ ਬਹੁਤ ਸਾਰੀਆਂ ਕੰਪਨੀਜ਼ ਜਿਹੜੀਆਂ ਨੇ, ਬਹੁਤ ਸਾਰੇ ਵਿਅਕਤੀ ਜਿਹੜੇ ਹੈਗੇ ਆ ਉਹ ਪ੍ਰਮੋਸ਼ਨਸ ਦੇ ਲਈ ਜਿਹੜਾ ਹੈ ਮੇਲਸ ਜਿਹੜਾ ਆਪਣੇ ਟਵੀਟ ਕਰਦੇ ਰਹਿੰਦੇ ਆ। ਸੋ ਸਪੈਮ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਕਿ ਜੇ ਉਹ ਕੋਈ ਬਹੁਤੇ ਰੈਲੀਵੈਂਟ ਜਿਹੜੇ ਹੈਗੇ ਆ ਟਵੀਟ ਨਹੀਂ ਹੁੰਦੇ, ਉਹ ਲੋਕਾਂ ਨੂੰ ਆਪ ਮੁਹਾਰੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ। ਸੋ ਸਪੈਮ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਕਾਫੀ ਜ਼ਿਆਦਾ ਜਿਹੜੀ ਟਵਿੱਟਰ ਦੇ ਉੱਤੇ ਦੇਖਣ ਨੂੰ ਮਿਲਦੀ ਹੈ। ਅੱਗੇ ਹੈ ਟਵਿੱਟਰ ਇਜ਼ ਅਡਿਕਟਿਵ, ਯਾਨੀ ਕਿ ਟਵਿੱਟਰ ਦੀ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਹੈ ਅਡਿਕਸ਼ਨ ਹੋ ਜਾਂਦੀ ਹੈ। ਬਹੁਤ ਸਾਰੇ ਲੋਕ ਜਿਹੜੇ ਆ ਟਵਿੱਟਰ ਦੇ ਉੱਤੇ ਵਾਰ ਵਾਰ ਟਵੀਟ ਕਰਦੇ ਆ ਜਾਂ ਦੂਜਿਆਂ ਦੇ ਟਵੀਟਸ ਨੂੰ ਦੇਖਣ ਦੀ ਉਹਨਾਂ ਨੂੰ ਆਦਤ ਹੋ ਜਾਂਦੀ ਹੈ। ਸੋ ਟਵਿੱਟਰ ਜਿਹੜਾ ਹੈਗਾ ਆ ਅਡਿਕਸ਼ਨ ਦੇ ਤੌਰ 'ਤੇ ਵੀ ਜਿਹੜਾ ਹੈ ਲੋਕਾਂ ਦੇ ਲਈ ਨੁਕਸਾਨਦਾਇਕ ਸਾਬਤ ਹੋ ਰਿਹਾ ਕਿ ਲੋਕ ਇਸ ਦੇ ਨਾਲ ਹੱਦ ਤੋਂ ਵੱਧ ਜੁੜ ਜਾਂਦੇ ਆ। ਸੋ ਇੱਕ ਜਿਹੜਾ ਹੈਗਾ ਆ ਅਡਿਕਟਿਵ ਜਿਹੜਾ ਹੈ ਹੁੰਦਾ ਆ। ਅਗਲਾ ਪੁਆਇੰਟ ਹੈਗਾ ਲਿਮਿਟਡ ਕਰੈਕਟਰ ਟਵੀਟਸ, ਯਾਨੀ ਕਿ ਇਹਦੇ ਉੱਤੇ ਅਸੀਂ ਲਿਮਿਟਡ ਸ਼ਬਦਾਂ ਦੇ ਵਿੱਚ ਜਿਹੜਾ ਹੈ ਟਵੀਟ ਕਰ ਸਕਦੇ ਹਾਂ। ਕੋਈ ਆਪਾਂ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਨੂੰ ਜਿਹੜਾ ਹੈ ਇਸਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪਹਿਲਾਂ ਇਹਦੇ ਉੱਤੇ ਸਿਰਫ ਅਤੇ ਸਿਰਫ 140 ਜਿਹੜੇ ਵਰਡਸ ਨੇ ਉਹਨਾਂ ਨੂੰ ਲਿਖਿਆ ਜਾਂਦਾ ਸੀ। ਮੌਜੂਦਾ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਸਿਰਫ 280 ਕਰੈਕਟਰਸ ਜਿਹੜੇ ਹੈਗੇ ਆ ਉਹਨਾਂ ਨੂੰ ਲਿਖਿਆ ਜਾ ਸਕਦਾ, ਯਾਨੀ ਕਿ 280 ਸ਼ਬਦਾਂ ਨੂੰ ਹੀ ਵਿਅਕਤੀ ਜਿਹੜਾ ਲਿਖ ਸਕਦਾ ਆ। ਸੋ ਇਸਦੀ ਇੱਕ ਡਿਸਐਡਵਾਂਟੇਜ ਇਹ ਹੈ ਕਿ ਇਹਦੇ ਵਿੱਚ ਜਿਹੜਾ ਹੈ ਮੈਕਸੀਮਮ 280 ਸ਼ਬਦਾਂ ਨੂੰ ਹੀ ਜਿਹੜਾ ਹੈ ਲਿਖਿਆ ਜਾ ਸਕਦਾ ਹੈ। ਅਗਲਾ ਪੁਆਇੰਟ ਹੈਗਾ ਆ ਟਵਿੱਟਰ ਇਜ਼ ਮੋਰ ਨੋਟ ਮੋਰ ਇਫੈਕਟਿਵ ਫੋਰ ਵਿਜ਼ੂਅਲ ਕੰਟੈਂਟ। ਜੇਕਰ ਆਪਾਂ ਵਿਜ਼ੂਅਲ ਕੰਟੈਂਟ
ਟਵਿੱਟਰ ਦੇ ਉੱਤੇ, ਟਵਿੱਟਰ ਦੇ ਉੱਤੇ ਜਿਹੜਾ ਹੈ ਸ਼ਬਦਾਂ ਨੂੰ ਜਿਹੜਾ ਹੈਗਾ ਆ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਲੋਕ ਜਿਹੜਾ ਹੈ ਟਵੀਟ ਨੂੰ ਸ਼ਬਦਾਂ ਦੇ ਰੂਪ ਦੇ ਵਿੱਚ ਕਰਦੇ ਹੈਗੇ ਆ, ਇਹਦੇ ਵਿੱਚ ਜਿਹੜਾ ਲਿੰਕਸ ਜਿਹੜੇ ਹੈਗੇ ਆ ਉਹਨਾਂ ਨੂੰ ਲੋਕ ਜਿਹੜਾ ਹੈ ਜ਼ਿਆਦਾ ਤਰਜੀਹ ਨਹੀਂ ਦਿੰਦੇ, ਸੋ ਇਸਦਾ ਵਿਜ਼ੂਅਲ ਕੰਟੈਂਟ ਜਿਹੜਾ ਹੈ ਉਹ ਬਹੁਤਾ ਇਫੈਕਟਿਵ ਨਹੀਂ ਹੈਗਾ। ਸੋ ਆਹ ਸੀ ਅੱਜ ਆਪਾਂ ਜਿਹੜਾ ਟੋਪਿਕ ਕੀਤਾ ਟਵਿੱਟਰ, ਜਿਸ ਦੇ ਵਿੱਚ ਅਸੀਂ ਟਵਿੱਟਰ ਦੇ ਫਾਇਦੇ ਅਤੇ ਨੁਕਸਾਨ ਦੀ ਗੱਲ ਕੀਤੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।